दोस्तों आपको आगे मजीद रेट्स के बारे में बताएंगे। ये भैंस चेक करनी है माशाल्लाह, ये भी इधर मंडी के अंदर मौजूद है। ये चेक करें, ये देखिएगा इसके हवाना, आपने अच्छी तरह से देख लेना, हवाना बिल्कुल ठीक है ना। ये देखिए माशाल्लाह, ठीक है, आप सही तरह से नजर आएगी माशाल्लाह। इस साइड से भी आपको दिखाते हैं, सफेद आंखें हैं माशाल्लाह, खूबसूरत भैंस है दोस्तों ओवरऑल। तो इसके बारे में भाई से हम इंफॉर्मेशन लेते हैं, इधर खड़े मेरे पास। अस्सलाम वालेकुम भाई जान। वालेकुम सलाम। नाम की अपना? मोहम्मद हसन। मोहम्मद असलम हसन। हसन, अच्छा हसन भाई की कहते रहे माइ सुई हुई है ना? नहीं जी सुन वाली है जी, ये सुन वाली है। अच्छा मैं तो कह शायद सुई हुई है, असल दरिया वाली नीली दी, दरिया वाली नीली दी। माशाल्लाह माइन थोड़ा जी एन टोरी हुई, मेरी चढ़ गया ना टोरने, सही हो गया माशाल्लाह जी। ये चेक करें जी, ये सोने वाली भैंस है दोस्तों, अभी 10 से 15 दिन लेती है। ये चेक करें, पुट्ठा वगैरह चेक कर लेना, ये देख लेंगे। ठीक है जी, आप बाहर निकालेंगे तो अब आपको सही तरह से नजर आ जाएगी भैंस। ये चेक कर लें, ठीक है जी, चेक करें माशाल्लाह दोस्तों, चेक कर लेने, शौक करवा रहे हैं जी अच्छी अच्छी भैंसों का आपको। अच्छा भाई जान हड्डी भी दिखाओ, उत्ते कैमरा कर, ये देखें, ठीक है जी, चेक करें। अच्छा भाई जान की कहने रहे और मां नीली दी, सही हो गया, मां दरिया दी, सही हो गया, रस्ते दे निशानी मां थब्बे लोड सोड़िया, सही हो गया माशाल्लाह। एक इनमें बारे सुनी है ये जी, दूसरा ये दूसरा बारा सुनी है, सही हो गया। ते रसियो जनाब वाला की कहंदे ने की मुल कर रहे हो? मुल मां ने जी मंगना 5 लाख रुपया। अच्छा ये किन्ने देनी है फाइनल? फाइनल मां देनी है आपा 4,75,000। अच्छा किथों ते रशी हो? ਉਹਤਾ ਪੁਰਾਣਾ ਥਾਣਾ ਕੋਟ ਬਲੋਚਾ। ਕੋਟ ਬਲੋਚਾ, ਉਹਤਾ ਪੁਰਾਣਾ ਥਾਣਾ ਅਸਲ ਨੀਲੀ ਦਰਿਆ ਜਿੱਥੇ ਮੰਡੀ ਆਰਫ ਲੱਗਦੀ ਉੱਥੋਂ ਅਗਲੇ ਪਾਸੇ। ਅੱਛਾ ਅੱਛਾ, ਸਹੀ ਹੋ ਗਿਆ ਮਾਸ਼ਾਅੱਲਾ ਜੀ, ਜ਼ਬਰਦਸਤ। ਆਰਫ ਵਾਲੀ ਮੰਡੀ ਲੱਗੀ ਨਹੀਂ ਇਸ ਵੇਰੀ? ਨਹੀਂ ਕੋਣੀ ਜੀ, ਉਹ ਮੰਡੀ ਇੱਥੇ ਲੱਗੀ ਹੋਈ, ਇੱਥੇ ਲੱਗੀ ਹੋਈ ਚਚਾਵਦਨੇ ਚ। ਹਾਂਜੀ ਸਹੀ। ਉਹ ਰਿਵਰਾ ਕੀ ਬਣੀ ਹੈ? ਉਹ ਜੀ ਜ਼ਮੀਨ ਉਹਨਾਂ ਨੇ ਦਿੱਤੀ ਹੈਗੀ, ਉਹ ਵਹਿ ਗਈ ਜ਼ਮੀਨ। ਅੱਛਾ ਅੱਛਾ, ਜ਼ਮੀਨ ਵਹਿ ਗਈ, ਅਗਲੀ ਮੰਡੀ ਉੱਥੇ ਲੱਗੇਗੀ? ਹਾਂ ਦੇਣ ਜੀ ਲੱਗੇਗੀ, ਸਹੀ ਹੋ ਗਿਆ ਮਾਸ਼ਾਅੱਲਾ। ਦੋਸਤੋ ਆਪਕੋ ਬਤਾ ਦੇਂਗੇ ਉਸ ਹਵਾਲੇ ਸੇ ਵੀ ਵੀਡੀਓ ਬਣਾ ਦੇਂਗੇ। ਅੱਛਾ ਹੁਣ ਬਾਈ ਜਾਨ ਤੁਸੀਂ ਇਸ ਮਾਈ ਦੇ ਵਾਲੇ ਨਾ, ਅਗਰ 4 ਵਜੇ ਤੁਸੀਂ ਫਾਈਨਲ ਆ ਕੇ ਇਹ ਚ ਮਜ਼ੀਦ ਕੋ ਕਮੀ ਹੋ ਸਕਦੀ ਹੈ? ਮੁੰਡੇ ਜੀ ਕੋ ਸੱਜਣ ਬੜਾ ਬੂਆ ਦਾ ਮਾੜਾ ਮੋਟਾ ਪਿਆਰ ਮੁੱਬਦੂ। ਸਹੀ ਹੋ ਗਿਆ ਜੀ ਮਾਸ਼ਾਅੱਲਾ। ਆਪਣਾ ਕੋਈ ਫੋਨ ਨੰਬਰ ਹੈ ਤਾਂ ਉਹ ਦੱਸ ਦੇ ਸਕਦੇ? 0324858957। ਸਹੀ ਹੋ ਗਿਆ ਮਾਸ਼ਾਅੱਲਾ, ਇਹ ਨੰਬਰ ਹੈ ਬਾਈ ਦਾ ਦੋਸਤੋ, ਆਪਕੋ ਬਤਾ ਦਈ ਹੈ ਮਾਸ਼ਾਅੱਲਾ, ਬੈਂਸ ਕੇ ਬਾਰੇ ਮੇਂ ਵੀ ਆਪਕੋ ਇਨਫੋਰਮੇਸ਼ਨ ਦੇ ਦੀ ਹੈ। ਇਹ ਸਾਰੀ ਮੰਡੀ ਆਪਾਂ ਕੋਲ ਹੀ ਆਗੀਆਂ ਨੇ? ਹਾਂਜੀ ਚੋਈਆਂ ਖੰਡ ਮੈਂ, ਬਾਕੀ ਸਾਰੇ। ਅੱਛਾ ਸਾਰੇ ਆਚਵਾਈ ਹੋਈ ਹੈ। ਇਹਦਾ ਕੀ ਮੁੱਲ ਕਰਦੇ ਬੈਨੇ ਦਾ? ਹਾਂ ਇਹਦਾ ਕੀ ਮੁੱਲ ਕਰਦੇ ਨੇ? ਹੁਣ 5.5 ਲੱਖ ਇਹਦਾ ਇਹਦਾ। ਹਾਂਜੀ ਚੋਲ ਹੀ ਹੁਣ ਮੈਂ ਕੋਸ 18 ਲੀਟਰ ਦੁੱਧ, ਦੋ ਇਹਦੇ ਕੋ 18 ਲੀਟਰ ਦੁੱਧ ਦਾ 5.5 ਦਾ ਮੁੱਲ ਹੈ ਦੋ ਟਾਈਮ ਤੇ ਇਹਦਾ। ਹਾਂ ਇਹਦਾ 5 ਲੱਖ ਰੁਪਏ ਇਹਦਾ ਵੀ। 5 ਇਸ ਕੋ 5 ਤੇ ਥੱਲੇ ਵਾਲੀ ਹੈ ਕੋਈ? ਇੱਥੇ 5 ਤੇ ਵੀ ਥੱਲੇ ਵਾਲੀ ਨਹੀਂ ਆਣਾ, ਪਰ ਇੱਕ ਬੂਰੀ ਮੈਂ ਥੱਲੇ ਵਾਲੀ। ਅੱਛਾ ਉਹ ਪਰਲੀ ਜਿਹੜੀ ਉਹ ਥੱਲੇ ਹੈਗੀ 5 ਤੋਂ, ਉਹਦਾ ਕਿੰਨਾ ਮੁੱਲ ਕਰਦੇ ਨੇ? ਉਹਦਾ ਮੁੱਲ ਮੈਂ 3.5 3.5 ਲੱਖ ਰੁਪਏ ਉਹਦਾ ਕਰਦੇ ਨੇ ਦੋਸਤੋ। ਉਹ ਬੂਰੀ ਬੈਂਸ ਵੀ ਆਪਕੋ ਦਿਖਾ ਦਿੰਦੇ ਆ, ਆ ਦੋਨੋਂ ਬੂਰੀ ਬੈਂਸ 3.5 ਲੱਖ ਹੈ ਕਿ ਇੱਕ ਦਾ ਹੈ? ਦੋਨੋਂ ਦਾ। ਤੇ ਓਲੀ ਦਾ ਇਹਦਾ ਵੀ 3.5 ਹੈ, ਇਹਦਾ ਵੀ 3.5 ਹੈ। ਸਹੀ ਹੋ ਗਿਆ। ਇਹ ਰਿਕ ਕਿੰਨਾ ਦੁੱਧ ਹੈ? ਉਹ ਕਿੰਨਾ ਦੁੱਧ ਹੈ? ਉਹਦੇ ਕੋ ਦੁੱਧ ਹੈਗਾ ਇਤਲੀ ਕੋ 10 ਗੱਡ ਵੀ। ਅੱਛਾ ਇਤਲੀ ਕੋ ਹੈਗਾ 12 ਲੀਟਰ। 12 ਲੀਟਰ ਸਹੀ ਹੋ ਗਿਆ ਜੀ। 10 ਲੀਟਰ ਦੋਸਤੋ ਇਸਕੇ ਪਾਸ ਹੈ, ਠੀਕ ਹੈ, ਔਰ ਇਸਕੇ ਪਾਸ 12 ਲੀਟਰ ਹੈ। ਇਨਕੀ ਚਵਾਈਆਂ ਵਗੈਰਾ ਹੋ ਚੁੱਕੀ ਹੋਈਆਂ। ਸਹੀ ਹੋ ਗਿਆ ਮਾਸ਼ਾਅੱਲਾ। ਇਹ ਚੈੱਕ ਕਰੇ ਬੈਂਸੇ ਆਪਕੋ ਦਿਖਾ ਰਹੇ ਹਾਂ ਜੀ, ਇਹ 3.5 ਵਾਲੀ ਬਾਈ ਬਤਾਤੇ ਹੈਂ। ਇਹਨਾਂ ਦੀ ਕਿਤਨੀ ਕਮੀ ਪੇਸ਼ੀ ਹੋ ਸਕਦੀ ਇਹਨਾਂ ਦੋਨਾਂ ਦੇ ਵਿੱਚ? 50-50 ਦਾ ਲੱਖ-ਲੱਖ ਦੀ ਹੋ ਜੇ ਸੀ ਕਮੀ ਪੇਸ਼ੀ? ਨਹੀਂ ਜੀ, ਉਹਨਾਂ ਜੋ ਕੋ 20-25 ਦੀ ਹੋ ਗਈ। 25-25 25000 ਦੇ 25 ਦਾ 50000 ਹੋ ਗਿਆ। ਹਾਂਜੀ ਸਹੀ, ਜੋੜੇ ਦੇ ਵਿੱਚੋਂ ਸਹੀ ਹੋ ਗਿਆ ਜੀ ਮਾਸ਼ਾਅੱਲਾ। ਠੀਕ ਹੈ ਦੋਸਤੋ, ਇਹ ਮੈਨੇ ਆਪਕੋ ਬਤਾਇਆ ਜੀ ਰੇਟਸ ਕੇ ਬਾਰੇ ਮੇਂ ਇਧਰ ਚਿਚਾਵਤਰੀ ਮਵੇਸ਼ੀ ਮੰਡੀ ਕੇ ਅੰਦਰ। ਚਲਤੇ ਹੀ ਆਗੇ ਆਗੇ ਮਜ਼ੀਦ ਮੈਂ ਰੇਟਸ ਕੇ ਬਾਰੇ ਮੇਂ ਬਤਾਤਾ ਹੂੰ ਜੀ। ਇਸ ਟਾਈਮ ਇਧਰ ਚਿਚਾਵਤਰੀ ਸ਼ਹਿਰ ਮੇਂ ਮੰਡੀ ਕੇ ਅੰਦਰ ਮੌਜੂਦ ਹੂੰ ਜੀ। ਆਰਫ ਵਾਲਾ ਮੰਡੀ ਵੀ ਇਸਕੋ ਕਹਿ ਸਕਤੇ ਹੈ ਅੱਜ ਕੱਲ, ਕਿਉਂਕਿ ਚਿਚਾਵਤਰੀ ਮੰਡੀ ਅਭੀ ਤੋ ਲਗ ਰਹੇ ਮੇਂ ਟਾਈਮ ਪੜਾ ਹੈ। दोस्तों आपको आगे मजीद रेट्स के बारे में बताएंगे। ये भैंस चेक करनी माशाल्लाह, बड़ी खूबसूरत है ये भी, ठीक है, जोटी है। तो इसके बारे में आपको इन्फॉर्मेशन देंगे, पहले आपको इसका सर मैं अच्छी तरह से दिखा देता हूँ। ये देखिए आंखें भी एक जैसी, सींग भी गोल गोल, छोटे छोटे सींग है, ज़्यादा बड़े भी नहीं है पर ज़्यादा छोटे भी नहीं है, दरमियाने से हैं। ठीक है, ऊपर से दिखाता हूँ, पुट्ठा चेक करना है ऊपर से। ये देखिए नीचे से भी आपको दिखाते हैं चार थान, ठीक है, इस साइड से भी आपको दिखाते हैं। ये चेक करें माशाल्लाह, दूसरी साइड से आपको दिखा रहे हैं आपको। ये चेक करें जी माशाल्लाह, ठीक है जी। जोटी के बारे में इन्फॉर्मेशन लेते हैं इधर भाई के पास। माशाल्लाह ये भी मौजूद है मंडी के अंदर, चेक करें माशाल्लाह खूबसूरत है दोस्तों। शौक करवा रहा हूँ जी आपको आज मंडी के अंदर अच्छी अच्छी भैंसों का, चेक करें माशाल्लाह। अस्सलाम वालेकुम भाई जान। वालेकुम सलाम। नाम की अपना भाई? मेरा नाम मोहम्मद यासर। मोहम्मद यासर, यासर भाई के अंदर ज्योति सुई कितने दिन हो गए ना?
ਅੱਜ ਪਿੱਛੇ ਕੱਟੀ ਕੱਟਾ ਹੈ ਪਿੱਛੇ ਕੱਟੀ ਹੋਈ ਹੈ ਪਿੱਛੇ ਕੱਟੀ ਹੈ ਕਿੰਨਾ ਦੋ ਦੇ ਰਹੀ ਹੈ ਸੋਲਾਂ ਲੀਟਰ ਹੈ ਕਿੰਨੇ ਵਾਰੀ ਸੂਈ ਹੈ ਪਹਿਲਾ ਵਾਰ ਸੂਈ ਮੂੰਹ ਚ ਚੌਗੀ 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 ਹੈ ਕੀ ਮੁੱਲ ਕਰਦੇ ਪਏ ਇਹਦਾ ਮੁੱਲ ਭਾਈ ਇਹਦਾ ਡਿਮਾਂਡ ਤਾਂ ਕਰਦੇ ਆ 7 ਲੱਖ ਨਹੀਂ ਦੇਣੀ ਕਿੰਨੇ ਦੇਤੇ ਦੇਣੀ ਆਪਾਂ 5.5 ਦੀ ਅੱਛਾ ਆਪਣਾ ਕੋਈ ਨੰਬਰ ਹੈ ਹਾਂਜੀ ਦੱਸਿਓ ਨੰਬਰ ਨੰਬਰ ਕੀ ਜਰਾ ਮੜਿਆ ਜਿਹੜਾ ਦੋਨੋਂ ਲਿਖਾ ਦਿਓ 0342-99-40-249 ਦੂਸਰਾ ਨੰਬਰ ਵੀ ਲਿਖਾ ਦਿਓ 0305-68-43-012 ਕਿੱਥੋਂ ਤੇ ਰਹਿਸ਼ੀ ਹੋ ਗੱਗੋ ਮੰਡੀ ਦੇ ਗੱਗੋ ਮੰਡੀ ਦੇ ਸਹੀ ਹੋ ਗਿਆ ਮਾਸ਼ਾ ਅੱਲਾ ਜੀ ਇਹ ਵਾਰੀ ਬੈਂਸ ਸੇ ਮਾਸ਼ਾ ਅੱਲਾ ਦੋਸਤੋ ਆਪਕੋ ਦਿਖਾ ਦੀ ਹੈ ਠੀਕ ਹੈ ਜੀ ਤੋ ਚਲਤੇ ਹੈ ਆਗੇ ਆਪਕੋ ਆਗੇ ਮਜ਼ੀਦ ਰੇਟਸ ਕੇ ਬਾਰੇ ਮੇਂ ਬਤਾਤੇ ਹੈ ਜੀ ਦੋਸਤੋ ਆਪਨੇ ਮੇਰੇ ਚੈਨਲ ਕੋ ਅਭੀ ਤੱਕ ਸਬਸਕ੍ਰਾਈਬ ਨਹੀਂ ਕੀਆ ਮੇਰੇ ਚੈਨਲ ਕੋ ਅਭੀ ਤੱਕ ਸਬਸਕ੍ਰਾਈਬ ਕਰ ਲੇ ਠੀਕ ਹੈ ਜੀ ਉਹ ਸਬਸਕ੍ਰਾਈਬ ਕਰਦੇ ਹੈ ਯਾਰ ਸਬਸਕ੍ਰਾਈਬ ਕਰਦੇ ਹੈ ਤੇਰੀ ਮਿਹਨਤ ਸੇ ਵੀਡੀਓ ਬਣਾਤੇ ਹੈ ਆਪਕੇ ਲਈ ਮਾਸ਼ਾ ਅੱਲਾ ਚਲੇ ਵੀਡੀਓ ਕੋ ਆਗੇ ਮਜ਼ੀਦ ਬਣਾਤੇ ਹੈ ਦੋਸਤੋ ਇਹ ਚੈੱਕ ਕਰੇ ਜੀ ਇੱਕ ਹੋਰ ਬੈਂਸ ਦਿਖਾਤੇ ਨੇ ਜੇ ਤੁਸੀਂ ਚਾਹੋ ਤੇ ਮੰਡੀ ਕੇ ਅੰਦਰ ਇਹ ਬੈਂਸ ਚੈੱਕ ਕਰ ਲੇ ਜੀ ਇਹ ਵੀ ਇਧਰ ਫਿਰ ਰਹੀ ਹੈ ਅਯਾਸ਼ੀਆਂ ਕਰ ਰਹੀ ਇਧਰ ਮੰਡੀ ਕੇ ਅੰਦਰ ਵਾਪਸ ਲੈ ਘੁਮਾ ਕੇ ਇਹਨੂੰ ਕੱਚੀ ਸੂਈ ਹੋਈ ਹੈ ਠੀਕ ਹੋ ਗਿਆ ਵਾਪਸ ਲੈ ਆਓ ਇਸਕੋ ਭਾਈ ਇਹ ਚੈੱਕ ਕਰੇ ਦੋਸਤੋ सिंग अब इसका देख लें अच्छी तरह से एक सिंग ऊपर की तरफ और एक सिंग नीचे की तरफ है रात सुई हो बच्चा रात अरे सिंग वैसे होया की आई ए मीना है तो अच्छा तो कोई मसला नहीं है नवी करके होने रहने हाथ से जिंदगी कोई मसला एक पीछे कट्टी कट्टा है कट्टी पीछे कट्टी है सही हो गया दोस्तों भैंस का काद माशाल्लाह अच्छा है जी चेक करें माशाल्लाह मैं आपको दिखाता हूं ये देखें बराबर तो आती है या शायद मुझसे भी कर में थोड़ी सी बड़ी होगी या आप ये भी कह सकते हैं मेरा कार छोटा शायद अच्छा तो भाई जान बताइएगा कितना दूध दे रही है इस टाइम में इस टाइम में तो चले 17 किलो दूध है 17 लीटर दूध है जी सही हो गया ये किनवा सुबह सोई है ये दूसरा दूसरा सुबह सोई है मूछ पूरी है मूछ ठीक हो गया ये दसी के जनाबे रहे की मोल छोल कर रहे हैं ये मोल 440 का 4,40,000 रुपये मोल करने पहले ये देर से कितने देखा 3 लाख फिकर बन सी नहीं किन्नी बननी फिर पौने चार की बननी है सही हो गया माशाल्लाह ਹੁਣ ਕੋਈ ਆਪਣਾ ਕੋਈ ਫੋਨ ਨੰਬਰ ਸ਼ੰਬਰ ਹੈ 0332-54-94-012 012 ਹਾਂਜੀ ਰਾਜ ਕਿਤੋਂ ਦੀ ਹੈ ਵਟਸਐਪ ਨੰਬਰ ਇਹ ਚੀਚਾ ਤਨੀ ਦੀ ਰਹਿਸ ਕਿਹੜੇ ਪਿੰਡ 110/12 ਹੈ ਸਹੀ ਹੋ ਗਈ ਇਹ ਵਾਰੀ ਬੈਂਸ ਦੋਸਤੋ ਆਪਕੋ ਦਿਖਾ ਰਹੀ ਮਾਸ਼ਾਅੱਲਾ ਬੈਂਸ ਕੱਦ ਕੇ ਅੰਦਰ ਤਾਂ ਬੜੀ ਹੈ ਲੇਕਿਨ ਬਸ ਇੱਕ ਸਿਰਫ ਸੀਂਗ ਦਾ ਨਾ ਹੁੰਦਾ ਤਾਂ ਬੈਂਸ ਮਾਸ਼ਾਅੱਲਾ ਬੜੀ ਖੂਬਸੂਰਤ ਹੈ ਯਾਰ ਕੱਦ ਕੇ ਅੰਦਰ ਬੜੀ ਥੀ ਯਾਰ ਲੇਕਿਨ ਬਸ ਕੀ ਕਹਿੰਦੇ ਫਿਰ ਜੋ ਕੁਦਰਤ ਦੀ ਤਰਫ ਸੇ ਨਜ਼ਾਮ ਇੱਕ ਘੰਟਾ ਹੋਇਆ ਚੋਈ ਠੀਕ ਹੈ ਦੋਸਤੋ ਚਲਤੇ ਹੈ ਆਗੇ आपको आगे दोस्तों मजीद में रेट्स के बारे में बताता हूँ जी चीचा बदरी मवेशी मंडी में से मिले दूँ।